ਬਾਈ ਵੇਖੋ ਵਾਰ ਵਾਰ ਆਪਾਂ ਇੱਕੋ ਸਵਾਲ ਦਾ ਜਵਾਬ ਦਿੰਦੇ ਚੰਗੇ ਨਹੀਂ ਲੱਗਦੇ। ਸਾਡਾ ਮਕਸਦ ਆ ਵੀ ਜਿਹੜਾ ਆਈਡੀਆਂ 'ਤੇ ਉਹਨਾਂ ਨੇ ਗੰਦ ਪਾਇਆ ਜਾਂ ਯੂਟਿਊਬ 'ਤੇ ਜਾਂ ਇੰਸਟਾਗ੍ਰਾਮ 'ਤੇ ਜਾਂ ਸਨੈਪਚੈਟ 'ਤੇ, ਅਸੀਂ ਉਹ ਸਾਰਾ ਕੁਝ ਡਿਲੀਟ ਕਰਾਉਣਾ, ਠੀਕ ਹੈ। ਜੇ ਉਹਨੇ ਸਿਰ 'ਤੇ ਪੱਗ ਰੱਖਣੀ ਆ ਤਾਂ, ਜੇ ਨਹੀਂ ਰੱਖਣੀ ਸਾਡੇ ਲੋਕ ਭਾਵੇਂ ਪੁਲਿਸ ਪ੍ਰਸ਼ਾਸਨ ਸਾਰਾ ਸੱਦ ਲਏ ਅਤੇ ਸਾਰਿਆਂ ਦੇ ਸੱਦ ਕੇ ਵਿੱਚ ਸਾਡੇ ਨਾਲ ਗੱਲ ਕਰ ਲਏ ਵੀ ਮੈਂ ਭਾਈ ਗੰਦ ਪਾਉਣਾ, ਅਤੇ ਅਸੀਂ ਕਹਾਂਗੇ ਭਾਈ ਫਿਰ ਪੱਗ ਸਾਡੀ ਮੋੜ ਦੇ, ਸਾਡੇ ਨਾਲ ਨੰਗਾ ਹੋ ਕੇ ਨੱਚ, ਸਾਨੂੰ ਕੋਈ ਮਤਲਬ ਨਹੀਂ ਤੇਰੇ ਨਾਲ, ਠੀਕ ਹੈ। ਪਰ ਜੇ ਸਿਰ 'ਤੇ ਪੱਗ ਰੱਖ ਕੇ ਗੰਦ ਪਾਇਆ, ਅਸੀਂ ਥਾਣੇ 'ਚ ਖਲੋ ਕੇ ਗੱਲ ਕਹਿ ਰਹੇ, ਅਸੀਂ ਅੰਦਰੋਂ ਧੂ ਲੈਣਾ, ਕਿੰਨੇ ਕੁ ਦੇ ਲੁਕੂਗਾ, ਭਾਵੇਂ ਸਾਡੇ 'ਤੇ ਪਰਚਾ ਹੋਵੇ, ਜੇਲ੍ਹ ਜਾਣਾ ਪਵੇ, ਬਥੇਰੇ ਜਾਣੇ, ਅਸੀਂ ਇੱਕ ਜਣਾ ਚੱਲ ਜਾਵਾਂਗੇ ਜੇਲ੍ਹ 'ਚ, ਕੋਈ ਫਰਕ ਨਹੀਂ ਪੈਣਾ, ਪਰ ਅਸੀਂ ਅੰਦਰੋਂ ਕੱਢ ਲੈਣਾ ਜੇ, ਫਿਰ ਭਾਵੇਂ ਕੁੜੀਆਂ ਚੀਕਣ ਅਤੇ ਭਾਵੇਂ ਚੀਕਣ ਬੰਦੇ, ਠੀਕ ਆ। ਅਸੀਂ ਵਾਰ ਵਾਰ ਇੱਕੋ ਗੱਲ ਨਹੀਂ ਕਰਦੇ, ਸਾਨੂੰ ਚੰਗਾ ਨਹੀਂ ਲੱਗਦਾ। ਐਸ ਐਚ ਓ ਸਾਹਿਬ ਨੇ ਇਸ ਗੱਲ ਦਾ ਸਾਨੂੰ ਵਿਸ਼ਵਾਸ ਦਵਾਇਆ ਵੀ ਤੁਸੀਂ ਸਾਨੂੰ 3 ਦਿਨ ਦਿਓ, ਅਸੀਂ 3 ਦਿਨਾਂ ਦੇ ਵਿੱਚ ਕਾਰਵਾਈ ਵੀ ਕਰਾਂਗੇ ਅਤੇ ਉਹਨੂੰ ਸੱਦਾਂਗੇ ਵੀ, ਅਤੇ ਪ੍ਰਸ਼ਾਸਨ ਨੂੰ ਇੱਥੇ ਬਹਾ ਕੇ ਵਿੱਚ ਮੀਟਿੰਗ ਕਰਾਈ ਜਾਊਗੀ ਤੁਹਾਡੀ, ਤੁਸੀਂ ਕੀ ਚਾਹੁੰਦੇ ਆ, ਅਗਲੇ ਦੀ ਗੱਲ ਸੁਣਾਂਗੇ। ਦੇਖੋ ਜੇ 3 ਦਿਨਾਂ 'ਚ ਪੁਲਿਸ ਇਸ 'ਤੇ ਕਾਰਵਾਈ ਕਰਦੀ, ਵੈਸੇ ਤਾਂ ਕਰੂਗੀ ਜਦੋਂ ਤੱਕ ਮੈਨੂੰ ਲੱਗਦਾ, ਨਾ ਕਰੂਗੀ ਤਾਂ ਅਸੀਂ ਕਿਹੜਾ ਮਰ ਗਏ ਹਾਂ, ਫਿਰ ਆ ਜਾਵਾਂਗੇ। ਖਾਲਸਾ ਤਾਂ ਪ੍ਰਗਟ ਹੁੰਦਾ। ਅੱਜ ਆਉਣ ਦਾ ਕੀ ਵੱਡਾ ਕਾਰਨ ਕੀ ਰਿਹਾ? ਵੱਡਾ ਕਾਰਨ ਇਹੋ ਹੀ ਆ ਵੀ ਜਿਹੜਾ ਉਹ ਕਹਿੰਦਾ ਵੀ ਸਾਨੂੰ, ਮੈਂ ਪਹਿਲਾਂ ਵੀ ਦੱਸਿਆ ਵੀ ਉਹ ਕਹਿੰਦਾ ਮੇਰੀਆਂ ਵੀਡੀਓ 'ਚ ਪਤਾ ਨਹੀਂ ਕਿੰਨੀਆਂ ਕੁ ਵਾਇਰਲ ਹੋਣੀਆਂ, ਅਸੀਂ ਉਹ ਡਿਲੀਟ ਕਰਾਉਣੀਆਂ ਜਿਹੜੀਆਂ ਪ੍ਰਧਾਨ ਜੀ ਜਿੰਦਾ ਸਾਹਿਬ ਜੀ ਜਿਹੜੀਆਂ ਅਜੇ ਪਈਆਂ ਵਾ, ਜਿਹਨਾਂ ਬਾਬਤ ਉਹ ਕਹਿ ਰਿਹਾ ਵੀ ਮੈਨੂੰ ਪਤਾ ਹੀ ਨਹੀਂ ਵੀ ਕਿੰਨੀਆਂ ਕੁ ਵਾਇਰਲ ਹੋਣੀਆਂ, ਅਤੇ ਜੇ ਉਹ ਵਾਇਰਲ ਹੋਣਗੀਆਂ ਤਾਂ ਇੱਕ ਇੱਕ ਉਂਗਲ ਵੀ ਨਾਲ ਹੀ ਵਾਇਰਲ ਹੁੰਦੀ ਜਾਣੀ ਆ। ਬਿਲਕੁਲ ਕਰਾਵਾਂਗੇ, ਜਿਹੜੇ ਜਿਹੜੇ ਪੇਜ ਵਾਲੇ ਸਾਨੂੰ ਜਾਣਦੇ ਆ ਅਸੀਂ ਉਹਨਾਂ ਨੂੰ ਫੋਨ ਕਰ ਦੇਣਾ, ਬਾਕੀ ਜਿਹੜੇ ਨਹੀਂ ਜਾਣਦੇ ਉਹਨਾਂ ਨੂੰ ਅਸੀਂ ਦੱਸ ਦਿੰਦੇ ਹਾਂ ਵੀ ਭਾਈ ਵੇਖ ਲਓ ਲੱਭ ਤਾਂ ਅਸੀਂ ਲੈਣਾ ਹੀ ਆ। ਵੇਖੋ ਸਿੱਧੀ ਗੱਲ ਆ, ਜਦੋਂ ਨਿਹੰਗ ਸਿੰਘ ਅਤੇ ਪੁਲਿਸ ਵਾਲੇ ਤੋਂ ਕਿਸੇ ਨੂੰ ਲੱਭਣ ਦੇ ਆਉਂਦੇ ਨਾ, ਭਾਵੇਂ ਬੰਦਾ ਪਤਾਲ 'ਚ ਲੋਕ ਜੇ ਇਹ ਲੱਭ ਹੀ ਲੈਂਦੇ ਆ, ਠੀਕ ਆ। ਜੇ ਕਿਸੇ ਨਾਲ ਪਿਆਰ ਆ ਨਾ, ਭਾਵੇਂ ਉਹ ਲਾਗੇ ਤੁਰਿਆ ਫਿਰ ਸਾਡੇ ਘਰ ਹੀ ਮੁੱਛਾਂ ਮਰੋੜੇ, ਅਸੀਂ ਤਾਂ ਵੀ ਕੁੱਖ ਨਹੀਂ ਕਹਿੰਦੇ, ਪਰ ਜਦੋਂ ਸਾਡੇ ਸਿਰ ਚੜ੍ਹਨ ਲੱਗਦਾ ਭਾਈ ਸਾਨੂੰ ਲਾਉਣਾ ਵੀ ਆਉਂਦਾ। ਅੱਛਾ, ਦੁਕਾਨ ਦੇ ਅੰਦਰ ਗਏ, ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਦਾ ਕੀ ਰਿਐਕਸ਼ਨ ਰਿਹਾ? ਉਹ ਰਿਐਕਸ਼ਨ ਉਹਨਾਂ ਦਾ ਇਹੀ ਵੀ ਵੇਖੋ ਉਹ ਆਪਣੇ ਆਪ ਨੂੰ ਸੱਚੇ ਸਾਬਤ ਕਰ ਰਹੇ ਆ, ਉਹ ਕਹਿੰਦੇ ਤੁਸੀਂ ਆਪਣੇ ਵੇਖੋ, ਦੇਖੋ ਜੇ ਤੁਸੀਂ ਸਿੱਖਾਂ ਦੇ ਘਰਾਂ ਜੰਮੇ ਆ, ਸਿਰਾਂ 'ਤੇ ਪੱਗਾਂ ਬੰਨੀਆਂ, ਤਾਂ ਫਿਰ ਤੁਸੀਂ ਸਿਖਾਰਿਆਂ ਦਾ ਹਿੱਸਾ ਹੀ ਆ, ਤੁਸੀਂ ਕਿਹੜਾ ਨਹੀਂ ਹਿੱਸਾ? ਫਿਰ ਤੁਸੀਂ ਸਾਨੂੰ ਕਿਉਂ ਬਦਨਾਮ ਕਰਦੇ ਆ, ਸਾਡਾ ਕੀ ਕਸੂਰ ਆ? ਅਸੀਂ ਵੀ ਲੋਕਾਂ ਸਿਰ ਸਮਾਜ ਦੇ ਸਿੱਖ ਉੱਚੇ ਰੁੱਚਾ ਕਰਕੇ ਤੁਰਨਾ, ਅਸੀਂ ਲੋਕਾਂ ਨੂੰ ਕੀ ਦੱਸੀਏ ਵੀ ਆ ਸਾਡੇ ਭੈਣ ਭਰਾ ਆ ਜਿਹੜੇ ਨੰਗੇ ਹੋ ਕੇ ਨੱਚਣ ਡਿਆ, ਸਾਨੂੰ ਸ਼ਰਮ ਆਉਂਦੀ, ਇਹਨਾਂ ਨੂੰ ਸ਼ਰਮ ਨਹੀਂ ਆਉਂਦੀ? ਉਹਦੀ ਭੈਣ ਵੀ ਇੰਨਾ ਮਤਲਬ ਬਦ ਸਲੂਕੀ ਕਰਦੀ ਪਈ, ਉਹ ਕਹਿੰਦੀ ਤੁਹਾਨੂੰ ਬੋਲਣਾ ਨਹੀਂ ਆਉਂਦਾ। ਨਿਹੰਗ ਸਿੰਘਾਂ ਦੀ ਬੋਲੀ ਖਰੜੀ ਹੁੰਦੀ ਆ, ਅਸੀਂ ਮਾਝੇ ਵਾਲੇ ਹਾਂ, ਅਤੇ ਮਾਝੇ ਵਾਲੇ ਦੀ ਬੋਲੀ ਵੈਸੇ ਜਿਹੜੀ ਉਹ ਖੜਕ ਵੀ ਹੁੰਦੀ ਹੈ, ਕਰਕੇ ਅਗਲੇ ਬੰਦੇ ਨੂੰ ਲੱਗਦਾ ਵੀ ਸ਼ਾਇਦ ਸਾਨੂੰ ਬੰਦਾ ਚੰਗਾ ਬੋਲਦੇ ਆ, ਇਹ ਸਾਡੀ ਆਵਾਜ਼ ਹੀ ਇੱਦਾਂ ਦੀ ਹੈ। ਜੇ ਆਵਾਜ਼ ਨਾ ਇੱਦਾਂ ਦੀ ਹੁੰਦੀ ਨਾ, ਤਾਂ ਸਮੇਂ ਦੇ ਵੱਡੇ ਵੱਡੇ ਹਾਕਮ ਧੱਕੇ ਨਹੀਂ ਸੀ ਜਾਣੇ। ਫਿਰ ਮੇਰਾ ਵੀ ਇਹ ਸਵਾਲ ਹੋਵੇ, ਤੁਸੀਂ ਇਹਦੇ ਫੋਨ 'ਤੇ ਗੱਲਬਾਤ ਕੀਤੀ, ਫੋਨ ਨਹੀਂ ਚੱਕਦਾ, ਹੁਣ ਤੁਸੀਂ ਦੁਕਾਨ 'ਤੇ ਗਏ? ਨਹੀਂ ਵੇਖੋ, ਮੈਂ ਮੇਰੇ ਨਾਲ ਫੋਨ 'ਤੇ ਇਹਦੀ ਗੱਲ ਨਹੀਂ ਹੋਈ, ਨਾ ਉਹਦਾ ਨੰਬਰ ਹੀ ਮੇਰੇ ਕੋਲ ਆਇਆ। ਮੈਂ ਸਵੇਰ ਦੀ ਤਕਰੀਬਨ 8:30 ਵਜੇ ਦੀ ਇੱਕ ਵੀਡੀਓ ਜਾਰੀ ਕੀਤੀ ਸੀ, ਬਾਅਦ ਵਿੱਚ ਜਿੰਦਾ ਸਾਹਿਬ ਉਹਨਾਂ ਨੂੰ ਫੋਨ ਕੀਤਾ ਵੀ ਮੈਂ ਜਲੰਧਰ ਆ ਰਿਹਾ, ਮੈਨੂੰ ਤਾਂ ਐਡਰੈਸ ਦਿਓ, ਮੈਨੂੰ ਨਹੀਂ ਪਤਾ। ਮੈਂ ਉਹਦੇ 'ਤੇ ਇਹ ਬੋਲਿਆ, ਵੀਡੀਓ ਅਜੇ ਵੀ ਪਈ ਉੱਤੇ ਇੰਸਟਾਗ੍ਰਾਮ ਦੇ ਉੱਤੇ ਆਫੀਸ਼ੀਅਲ ਮਾਨ ਸਿੰਘ ਕਾਲੀ ਹੈ, ਉਹਦੇ 'ਤੇ ਮੈਂ ਇਹ ਗੱਲ ਕਹੀ ਸੀ ਵੀ ਭਾਈ ਜੇ ਕਿਸੇ ਭੈਣ ਭਰਾ ਕੋਲ ਇਹਨਾਂ ਦਾ ਨੰਬਰ ਹੈਗਾ ਉਹ ਨੰਬਰ ਮੈਨੂੰ ਦੇ ਦਿਓ, ਮੈਨੂੰ ਜਾਣਾ ਨਾ ਪਵੇ, ਠੀਕ ਹੈ, ਕੋਈ ਮੈਂ ਬਹੁਤ ਜ਼ਿਆਦਾ ਬਿਜ਼ੀ ਸੀ। ਅਤੇ ਮੈਂ ਕਿਹਾ ਵੀ ਜੇ ਫੋਨ 'ਤੇ ਗੱਲ ਹੋ ਜਾਂਦੀ ਆਪਾਂ ਫੋਨ 'ਤੇ ਗੱਲ ਨਿਬੇੜ ਦਿੰਦੇ ਹਾਂ ਵੀ ਭਾਈ ਗਾਂ ਤੋਂ ਇਹ ਕੰਮ ਨਾ ਕਰੀ, ਪਰ ਉਹਦਾ ਨੰਬਰ ਮੈਨੂੰ ਕਿਤੇ ਨਹੀਂ ਮਿਲਿਆ। ਅਤੇ ਫਿਰ ਮੈਂ ਆਪਣੀ ਜ਼ਿੰਮੇਵਾਰੀ ਸਮਝਦਾ ਆਇਆ ਇੱਥੇ ਪਹੁੰਚਿਆ, ਬਾਣਾ ਪਾ ਕੇ ਅਸੀਂ ਘਰਾਂ 'ਚ ਨਹੀਂ ਬਹਿਣਾ, ਇਹ ਬਾਣਾ ਜਦੋਂ ਧਾਰਨ ਕਰੀਦਾ ਨਾ ਅਸਲ ਵਿੱਚ ਉਦੋਂ ਹੀ ਘਰ ਤੋਂ ਤਿਆਗਿਆ ਜਾਂਦਾ ਬੰਦਾ, ਇਹ ਪੰਥ ਦਾ ਆ ਜਾਂਦਾ ਵਾ। ਅਤੇ ਜੇ ਪੰਥ 'ਚ ਰਹਿ ਕੇ ਆਪਾਂ ਆਪਣੀ ਨਸਲ ਨੂੰ ਸੁਧਾਰ ਨਹੀਂ ਸਕਦੇ, ਤਾਂ ਫਿਰ ਆਪਾਂ ਕਦੇ ਨਿਹੰਗ ਸਿੰਘ ਨਿਹੰਗ ਸਿੰਘ ਨਿਸ਼ਕਾਮ ਸੇਵਾਦਾਰ ਹੁੰਦੇ ਆ, ਅਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਸਦਾ ਤਤਪਰ ਰਹਿੰਦੇ ਆ। ਸੁਨੇਹਾ ਵੇਖੋ, ਜਿੰਦਾ ਸਾਹਿਬ ਨੇ ਵੀ ਉੱਥੇ ਦੱਸ ਦਿੱਤਾ, ਅਸੀਂ ਵੀ ਦੱਸ ਦਿੰਦੇ ਹਾਂ, ਜੇ ਪੁਲਿਸ ਪ੍ਰਸ਼ਾਸਨ ਕਰੂਗੀ ਕੋਈ, ਠੀਕ ਆ, ਨਾ ਕਰੂਗੀ ਤਾਂ ਫਿਰ ਮਾਨ ਸਿੰਘ ਕਾਲੀ ਤਾਂ ਪ੍ਰਗਟ ਹੋ ਹੀ ਜਾਂਦਾ, ਕਿਉਂਕਿ ਮੇਰਾ ਤਾਂ ਰਿਕਾਰਡ ਬੋਲਦਾ ਮੈਂ ਜਿਹਦੇ ਨਾਲ ਵਚਨ ਕੀਤਾ ਫਿਰ ਮੈਂ ਉੱਥੇ ਪਹੁੰਚਿਆ ਹੀ ਹਾਂ, ਠੀਕ ਆ। ਵੀ ਜਿਹੜਾ ਪਿਆਰ ਨਾ ਆਉਂਦਾ ਉਹਨੂੰ ਸਤਿਕਾਰ ਦਿੰਦੇ ਹਾਂ, ਅਤੇ ਜਿਹੜਾ ਹੰਕਾਰ ਨਾ ਆਉਂਦਾ ਸਾਡੇ ਲੋਕ ਭਾਵੇਂ ਜ਼ਿਲ੍ਹੇ ਦੀ ਪੁਲਿਸ ਲਾ ਲਏ, ਫਿਰ ਜੇ ਕੁੱਟਣ ਦੇ ਆਏ ਤਾਂ ਫਿਰ ਅਸੀਂ ਕੁੱਟ ਹੀ ਦੇਣਾ। ਅੱਛਾ, ਪਹਿਲਾਂ ਵੀ ਉਹਨਾਂ ਦੇ ਦੁਕਾਨ ਦੇ ਵਿੱਚ ਜਿਹੜਾ ਹੈਗਾ ਉਹ ਨਿਹੰਗ ਸਿੰਘ ਆਏ? ਉਹ ਬਾਈ ਵੇਖ, ਮੈਂ ਤੇਰੇ ਸੁਣ ਤੇਰੀ ਗੱਲ ਸੁਣ, ਉਹ ਕਹਿੰਦੇ ਨੇ ਕਿ ਬਈ ਪਹਿਲਾਂ ਆਏ ਸੀਗੇ, ਉਹਨਾਂ ਨੇ ਪੈਸੇ ਮੰਗੇ, ਉਸ ਤੋਂ ਬਾਅਦ ਉਸਨੇ ਵੀਡੀਓ ਵੀ। ਬਾਈ ਵੇਖੋ, ਜਿੱਦਣ ਨਾ ਮੇਰੀ ਇੱਕ ਵਜ੍ਹਾ ਸੁਣੋ, ਮੇਰਾ ਇੱਕ ਵੀ ਕੋਈ ਚੀਜ਼ ਕਿਸੇ ਦੇ ਕੋਲੋਂ ਪ੍ਰੂਫ ਦੇ ਦਿਓ, ਇੱਕ ਬੰਦੇ ਕੋਲ ਮੈਂ ਜਿੰਨੇ ਕੰਮ ਕੱਢਿਆ, ਇੱਕ ਬੰਦਾ ਕਹਿ ਦੇ ਵੀ 1 ਰੁਪਈਆ ਲਿਆ ਮੈਂ 1 ਲੱਖ ਦਊਂਗਾ, ਠੀਕ ਆ, ਮੈਂ ਨਾ 1 ਰੁਪਈਆ ਕਿਸੇ ਕੋਲ ਲਿਆ ਅਤੇ ਨਾ ਮੈਂ ਲੈਣਾ। ਉਹਨੂੰ ਬਦਬਖਤ ਨੂੰ ਇਹ ਗੱਲ ਦੱਸਦੀ ਵੀ ਮੈਨੂੰ ਮਾਨ ਸਿੰਘ ਕਾਲੀ ਕਹਿੰਦੇ ਆ, ਪੰਥ ਬੁੱਢਾ ਦਲ ਜਿਹੜਾ ਪੰਥ ਪਾਤਸ਼ਾਹ ਜਿਹਨਾਂ ਨੂੰ ਆਖਿਆ ਜਾਂਦਾ, ਅਸੀਂ ਉਹਨਾਂ ਦੇ ਵਾਰਸ ਹਾਂ, ਠੀਕ ਆ, ਅਤੇ ਨਿਹੰਗ ਸਿੰਘ ਰਾਜੇ ਹੁੰਦੇ, ਨਿਹੰਗ ਸਿੰਘ ਮੰਗਤੇ ਨਹੀਂ ਹੁੰਦੇ, ਜਿਹੜੇ ਮੰਗਦੇ ਉਹ ਨੰਗ ਸਿੰਘ ਹੁੰਦੇ, ਨਿਹੰਗ ਸਿੰਘ ਨਹੀਂ ਹੁੰਦੇ, ਠੀਕ ਆ। ਅਸੀਂ ਪੈਸੇ ਨਹੀਂ ਮੰਗਦੇ,
ਅੱਜ ਆਪਣੇ ਬੱਚਿਆਂ ਨੂੰ ਆਪਾਂ ਖਤਮ ਕਰਦੇ ਪਏ ਹਾਂ, ਭਾਵੇਂ ਹਿੰਦੂ ਭਰਾ ਹੋਵੇ, ਭਾਵੇਂ ਮੁਸਲਮਾਨ ਹੋਵੇ, ਭਾਵੇਂ ਇਸਾਈ ਹੋਵੇ, ਉਹ ਸਾਰਿਆਂ ਦਾ ਫਰਜ਼ ਬਣਦਾ ਵੀ ਇਸ ਚੀਜ਼ ਦੀ ਰੋਕਥਾਮ ਵਾਸਤੇ ਤਤਪਰ ਆਵੇ। ਅੱਛਾ, ਹੁਣ ਆਖਰ ਦੇ ਵਿੱਚ ਗੱਲ ਕਿੱਥੇ ਮੁੱਕਦੀ ਹੈ, ਕੀ ਤੁਸੀਂ ਚਾਹੁੰਦੇ ਹੈਗੇ ਹੋ? ਅਸੀਂ ਇਹੋ ਚਾਹੁੰਦੇ ਹਾਂ ਬੰਦੇ ਦਾ ਪੁੱਤ ਬਣ ਜਾਏ, ਨਹੀਂ ਤਾਂ ਫਿਰ ਸਾਨੂੰ ਪੜਾਉਣਾ ਆਉਂਦਾ, ਠੀਕ ਆ? ਅਸੀਂ ਔਰ ਕੋਲ ਥਾਣੇ 'ਚ ਕਰਕੇ ਗੱਲ ਕਹਿਣ ਡਿਆ ਵੀ ਜੇ ਤਾਂ ਇੱਥੇ ਬਹਿ ਕੇ ਸਾਡੇ ਨਾਲ ਥਾਣੇ 'ਚ ਹੀ ਬਹਿ ਜੇ, ਆ ਕੇ ਮੀਟਿੰਗ ਕਰ ਲਏ ਸਾਡੇ ਨਾਲ ਬਹਿ ਕੇ ਰਾਬਤਾ ਕਰ ਲਊਗਾ, ਚੰਗੀ ਗੱਲ ਆ, ਅਸੀਂ ਕਿਸੇ ਨੂੰ ਕੁੱਟ ਮਾਰ ਕੇ ਕੋਈ ਫੇਮ ਨਹੀਂ ਖੱਟਣੀ, ਠੀਕ ਆ? ਜਿੰਨਾ ਜੇਲ੍ਹਾਂ ਵੇਲੀਆਂ ਸੀ ਏ ਸਟਾਫ ਵੇਖ ਲਏ, ਉਹਨਾਂ ਨੇ ਫੇਮ ਕੀ ਖੱਟਣਾ, ਠੀਕ ਆ? ਜਿਨ੍ਹਾਂ ਦੇ ਵੱਡ ਵਡੇਰੇ ਜੇਲ੍ਹਾਂ ਕੱਟ ਗਈਆਂ ਹੋਣ ਜਾਂ ਕੁਰਬਾਨੀਆਂ ਦਿੱਤੀਆਂ ਹੋਣ ਨਾ, ਉਹ ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਕਰਦੇ, ਬਚਨਬੱਧ ਹੁੰਦੇ ਆ ਉਹ। ਅਸੀਂ ਬਚਨਬੱਧ ਹਾਂ, ਅਸੀਂ ਆਪਣੇ ਵਚਨ 'ਤੇ, ਸਾਨੂੰ ਅਰੋੜਾ ਖਰੀਦ ਕੇ ਵਿਖਾਵੇ, ਭਾਵੇਂ ਆਪਣਾ ਸਾਰਾ ਪਲਾਂਟ ਲਾ ਦੇਵੇ, ਜੋ ਵੀ ਉਹਦੇ ਕੋਲ ਹੈਗਾ ਸਾਰਾ ਕੋਲ ਲਾ ਕੇ ਦਾ 'ਤੇ ਕਵੇ ਮਾਨ ਖਰੀਦ ਲਵੇ, ਦੁਨੀਆਂ 'ਤੇ ਕੋਈ ਪੈਦਾ ਨਹੀਂ ਹੋਇਆ ਜਿਹੜਾ ਮੈਨੂੰ ਖਰੀਦ ਲਊਗਾ। ਮੈਂ ਸਿਰ ਪਿਆਰ ਨਾਲ ਖਰੀਦਿਆ ਜਾਂਦਾ, ਮਾਇਆ ਨਾਲ ਨਹੀਂ ਖਰੀਦਿਆ ਜਾਂਦਾ, ਅਤੇ ਪਿਆਰ ਨਾਲ ਮੈਨੂੰ ਜਿਹੜਾ ਵੀ ਆਵਾਜ਼ ਮਾਰੂਗਾ, ਭਾਵੇਂ ਹਿੰਦੂ ਭਰਾ ਹੋਵੇ, ਭਾਵੇਂ ਮੁਸਲਮਾਨ ਹੋਵੇ, ਭਾਵੇਂ ਇਸਾਈ ਹੋਵੇ, ਮੈਂ ਉਹਦੇ ਨਾਲ ਤਤਪਰ ਖੜਦਾ ਹਾਂ, ਮੇਰਾ ਰਿਕਾਰਡ ਬੋਲਦਾ, ਠੀਕ ਆ ਜੀ? ਬਸ ਇੰਨਾ ਹੀ ਕਹਿਣਾ, ਸੁਨੇਹਾ ਲਾ ਦਿਓ, ਬੰਦੇ ਦਾ ਪੁੱਤ ਬਣ ਜੇ, ਸਾਡੇ ਨਾਲ ਰਾਬਤਾ ਕਰ ਲਏ।